ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ੁੱਕਰਵਾਰ ਨੂੰ ਮਲੋਟ ਪਹੁੰਚੇ ਜਿੱਥੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਹੋਣੀ ਸੀ ਪਰ ਕੁਝ ਅਣਪਛਾਤੇ ਲੋਕਾਂ ਵੱਲੋਂ ਅਕਾਲੀ ਦਲ ਪਾਰਟੀ ਦੇ ਬਲਾਕ ਮੈਂਬਰਾਂ ਨੂੰ ਘਰੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦੇ ਅਕਾਲੀ ਦਲ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਜਿਸ ਕਰਕੇ ਚੋਣਾਂ ਦੂਜੀ ਵਾਰ ਰੱਦ ਕਰਵਾ ਕੇ 7 ਤਰੀਕ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਸਾਰੀ ਘਟਨਾ ਦੀ ਪ੍ਰਕਾਸ਼ ਸਿੰਘ ਬਾਦਲ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਕਾਂਗਰਸ ਦੀ ਸ਼ਹਿ ਤੇ ਅਕਾਲੀ ਦਲ ਦੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੇ ਲੋਕ ਕਿਸੇ ਤੋਂ ਡਰਨ ਵਾਲੇ ਨਹੀਂ ਬਲਕਿ ਉਹ ਡਟ ਕੇ ਮੁਕਾਬਲਾ ਕਰਨਗੇ। ਇਹ ਮਰਡਰ ਆਫ ਡੈਮੋਕਰੇਸੀ ਹੈ। ਪਤਾ ਨਹੀਂ ਕੀ ਗੱਲ ਹੈ ਕਿ ਸਾਰੇ ਪੰਜਾਬ 'ਚ ਦੋ ਸੰਮਤੀਆਂ ਹੀ ਹੈ। ਪਹਿਲਾਂ ਇਹਨਾਂ ਨੇ ਕਿਤੇ ਵੀ ਕਿਤੇ ਇਸੇ ਤਰ੍ਹਾਂ ਜਿਵੇਂ ਇੱਥੇ ਕੀਤਾ ਹੈ ਸਾਰੇ ਥਾਂ ਐਵੇਂ ਕਰਕੇ ਆਪਣੀ ਮੈਜੋਰਟੀ ਬਣਾ ਲਈ। ਚਲੋ ਇੱਥੋਂ ਦੇ ਲੋਕਾਂ ਨੇ ਸਟਰਗਲ ਕੀਤੀ, ਮੈਂਬਰ ਤਗੜੇ ਰਹੇ ਲੰਬੀ, ਅਤੇ ਇੱਥੇ ਦੋ ਤਾਂ ਸਾਡੀ ਮੈਜੋਰਟੀ ਹੈ ਅਤੇ ਲੇਕਿਨ ਇਹ ਪਹਿਲਾਂ ਤਾਂ ਇਹ ਖਾਸ ਕਰਕੇ ਇੱਥੇ ਮਲੋਟ 'ਚ ਮੈਂਬਰਾਂ ਦੇ ਘਰਾਂ ਜਾ ਕੇ ਪੁਲਿਸ ਦੇ ਬੰਦੇ, ਹੈਰਾਨੀ ਹੁੰਦੀ ਹੈ ਵੀ ਪੁਲਿਸ ਦਾ ਵੀ ਜੇ ਪੁਲਿਸ ਹੀ ਇਹ ਗੱਲ ਕਰਨ ਲੱਗ ਜਾਏ ਤਾਂ ਫਿਰ ਇਹਦਾ ਕੀ ਹੱਲ ਹੈ। ਮੈਂ ਇਹਦੀ ਗੱਲ ਆਈ ਜੀ ਨਾਲ ਵੀ ਕੀਤੀ ਹੈ, SSP ਨਾਲ ਵੀ ਗੱਲ ਕੀਤੀ ਹੈ, ਈਵਨ ਮੈਂ ਮਿਨਿਸਟਰ ਨਾਲ ਵੀ ਵਾਜਪੇਈ ਨਾਲ ਗੱਲ ਕੀਤੀ ਵੀ ਆਹ ਤਾਂ ਇਹ ਇਦੋਂ ਤਾਂ ਵੱਡਾ ਮੈਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਵੇਖਿਆ ਕਿ ਪੁਲਿਸ ਜਾ ਕੇ ਮੈਂਬਰਾਂ ਨੂੰ ਚੱਕੇ। ਇਹ ਅੱਜ ਤੱਕ ਇੰਨਾ ਨਹੀਂ ਹੋਇਆ ਕਦੇ ਅਤੇ ਇਹ ਬੜਾ ਅਫਸੋਸ ਹੈ, ਬੜਾ ਦਰਦਨਾਕ ਹੈ, ਲੇਕਿਨ ਅਸੀਂ ਪੂਰੇ ਜ਼ੋਰ ਨਾਲ ਲੜਾਂਗੇ। ਉੱਥੇ ਬਟਾਲਾ ਪਟਾਕਾ ਫੈਕਟਰੀ 'ਚ ਬਲਾਸਟ ਦੀ ਘਟਨਾ 'ਤੇ ਉਹਨਾਂ ਨੇ ਅਫਸੋਸ ਜਤਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੀੜਤਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ। ਇਸ ਮਾਮਲੇ ਦੀ ਉਹਨਾਂ ਨੇ ਜੁਡੀਸ਼ੀਅਲ ਜਾਂਚ ਕਰਵਾਉਣ ਦੀ ਮੰਗ ਕੀਤੀ। ਬਹੁਤ ਦਰਦਨਾਕ ਹੋਈ, ਬਹੁਤ ਦਰਦਨਾਕ, ਬਹੁਤ ਹੀ ਦਰਦਨਾਕ। ਕੀ ਕਾਰਨ ਮੰਨਦੇ ਹੋ ਵੀ ਸਰਕਾਰਾਂ ਦੀ ਅਣਗਹਿਲੀ ਹੈ ਜਾਂ ਪ੍ਰਸ਼ਾਸਨ ਦੀ ਅਣਗਹਿਲੀ ਹੈ? ਨਹੀਂ, ਅਸਲ ਜਿਹੜੇ ਪਤਾ ਇਹ ਲਾਜ਼ ਵਗੈਰਾ ਹਨ, ਪਟਾਕੇ ਬਣਾਉਣੇ, ਕਿਸੋਂ ਦਿਵਾਲੀ ਹੈ ਹੁਣ ਇੰਨੇ ਪਟਾਕੇ ਬਣਾਏ ਜਾਂਦੇ ਹੈ। ਪਹਿਲਾਂ ਸੋਚਣਾ ਹੀ ਚਾਹੀਦਾ ਨਾ ਕਿ ਇੰਨਾ ਸਟਾਕ ਜੇ ਹੋਏਗਾ, ਜੇ ਉਹਦੀ ਥੋੜ੍ਹਾ ਕਣਕ ਲੱਗ ਗਈ ਤਾਂ ਇਹਦਾ ਕੀ ਅਸਰ ਹੋਏਗਾ। ਸੇਫਟੀ ਮੇਜਰਸ ਲੈਣੇ ਚਾਹੀਦੇ ਹੈ ਜਿਹੜੇ ਕਿ ਨਹੀਂ ਲਏ ਗਏ, ਕਿਸੇ ਨੇ ਸੋਚਿਆ ਹੀ ਨਹੀਂ। ਦਰਅਸਲ ਤਾਂ ਜੀ ਅੱਜ ਪੰਜਾਬ 'ਚ ਕੋਈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ, ਕਿਸੇ ਦਾ ਕੋਈ ਪੁੱਛਦਾ ਹੀ ਕੋਈ ਨਹੀਂ। ਇੰਨਾ ਭਾਰੀ ਨੁਕਸਾਨ, ਨਹੀਂ ਤਾਂ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਜਿੱਥੇ ਨੁਕਸਾਨ ਹੋਵੇ ਉੱਥੇ ਦੇ ਨੁਕਸਾਨ ਦੀ ਭਰਾਈ ਕੀਤੀ ਜਾਵੇ ਔਰ ਉਹਦੀ ਮਦਦ ਕੀਤੀ ਜਾਵੇ। ਜਿਹੜਾ ਹਾਦਸਾ ਹੋਇਆ ਇਹ ਜੁਡੀਸ਼ੀਅਲ ਕਰ ਲੈਣੀ, ਕਿਸੇ ਜਸਟਿਸ ਤੋਂ ਕਰਾ ਲੈਣਾ। ਉੱਥੇ ਹੀ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਸ਼ਰਧਾਲੂਆਂ ਤੋਂ ਟਿਕਟ ਲਏ ਜਾਣ ਦੀ ਸ਼ਰਤ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਪਾਕਿਸਤਾਨ ਦੀ ਗਰੀਬੀ ਨਹੀਂ ਦੂਰ ਹੋਣ ਵਾਲੀ। ਇੱਕ ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਕੁਝ ਲਾਇਆ ਹੈਗਾ ਰੈਂਟ ਵੀ ਇੰਨੀ, ਯਾਨੀ ਕਿ ਫੀਸ ਜਿਹੜੀ ਕਿ ਅਦਾ ਕੰਡੀਸ਼ਨਾਂ ਲਾਈਆਂ ਉਹਦੇ ਕਾਕਾ। ਜਿਹੜਾ ਧਾਰਮਿਕ ਸਥਾਨ ਹੈ ਉਹਦੇ ਦਰਸ਼ਨ ਕਰਨ ਲਈ ਕੋਈ ਟਿਕਟ ਨਹੀਂ ਹੁੰਦੀ। ਮੈਨੂੰ ਯਾਦ ਹੈ ਜਦੋਂ ਅਸੀਂ ਖਾਲਸਾ ਹੈਰੀਟੇਜ ਕੰਪਲੈਕਸ ਬਣਾਇਆ ਉਦੋਂ ਕਈ ਮੈਨੂੰ ਇਹ ਸੁਝਾਅ ਦਿੰਦੇ ਸਨ ਕਿ ਜੀ ਕੋਈ ਟਿਕਟ ਲਾ ਦਿਓ, ਭਾਵੇਂ ਉਹ ਹੋਰ ਤਰ੍ਹਾਂ ਦੀ ਚੀਜ਼ ਹੈ, ਮਤਲਬ ਧਾਰਮਿਕ ਨਹੀਂ, ਉਹ ਕਲਚਰਲ ਇੱਕ ਕਿਸਮ ਦਾ ਹੈ। ਲੇਕਿਨ ਮੈਂ ਕਹਿੰਦਾ ਨਹੀਂ ਬਈ ਇਹ ਨਹੀਂ ਲਾਉਣਾ, ਕਿਉਂਕਿ ਚੰਗਾ ਨਹੀਂ ਲੱਗਦਾ ਵੀ ਤੁਸੀਂ ਇਹ ਟਿਕਟ ਲਾ ਲਓ, ਅਸੀਂ ਨਹੀਂ ਲਾਈ। ਇਹਦੇ 'ਚ ਹੁਣ ਉਹ ਪਾਕਿਸਤਾਨ ਦੀ ਗਰੀਬੀ ਹੁਣ ਇਸ ਟੈਕਸ ਨਾਲ ਤਾਂ ਪੂਰੀ ਹੋਣੀ ਨਹੀਂ। ਮਲੋਟ ਤੋਂ ਚੇਤਨ ਪੂਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid de Super Canadian Sikhya Mele ch register karo ate ek vadhiya bhavikh wal apna pehla kadam chukho. Pyramid Visa ek vadhiya zindagi.